ਇਹ ਇੱਕ ਪਾਰੰਪਰਿਕ ਹਿੰਦੁਸਤਾਨੀ ਖਿਡੌਣਾ ਹੈ ਜਿਸ ਦੇ ਨਾਲ ਸਦੀਆਂ ਤੋਂ ਬੱਚੇ ਖੇਡਦੇ ਆਏ ਹਨ। ਸੱਪ ਦੇ ਹੇਠਲੇ ਹਿੱਸੇ 'ਤੇ ਮਿੱਟੀ ਦੀ ਬਣੀ ਪੁਲੀ ਹੈ ਜਿਸ ਦੇ ਦੋਵੇਂ ਪਾਸੇ ਦੋ ਛੇਦ ਹਨ ਜਿਨ੍ਹਾਂ ਵਿੱਚੋਂ ਰਬੜ ਬੈਂਡ ਪਾਇਆ ਹੋਇਆ ਹੈ। ਉਸ ਪੁਲੀ ਦੇ ਨਾਲ ਇੱਕ ਕਾਲਾ ਧਾਗਾ ਬੰਨ ਦਿਓ। ਰਬੜ ਬੈਂਡ ਨੂੰ ਫੜ ਕੇ ਜਦੋਂ ਪੁਲੀ ਨੂੰ ਘੁਮਾਓਗੇ ਤਾਂ ਧਾਗਾ ਪੁਲੀ 'ਤੇ ਲਪੇਟਿਆ ਜਾਵੇਗਾ। ਰਬੜ ਬੈਂਡ ਦੇ ਦੋ ਸਿਰਿਆਂ ਨੂੰ ਇੱਕ ਤਾਰ ਦੇ ਦੋਵੇਂ ਸਿਰਿਆਂ ਦੇ ਹੁੱਕਾਂ ਨਾਲ ਬੰਨ੍ਹ ਕੇ ਸੱਪ ਦੇ ਸਿਰ ਦੇ ਨਾਲ ਲਗਾ ਦਿਓ। ਧਾਗੇ ਦਾ ਦੂਜਾ ਸਿਰਾ ਸੱਪ ਦੇ ਸਿਰ 'ਤੇ ਕੀਤੀ ਮੋਰੀ ਤੋਂ ਬਾਹਰ ਆਵੇਗਾ। ਹੁਣ ਉਸ ਸੱਪ ਨੂੰ ਜ਼ਮੀਨ 'ਤੇ ਰੱਖ ਕੇ ਧਾਗੇ ਨੂੰ ਖਿੱਚੋ ਅਤੇ ਫਿਰ ਢਿੱਲਾ ਛੱਡ ਕੇ ਸੱਪ ਨੂੰ ਚਲਾਉਣ ਦਾ ਮਜ਼ਾ ਲਓ।